ਜੇਲਾਂ ਚ ਬੰਦ ਗੈਂਗਸਟਰਾਂ ਦੇ ਉੱਪਰ ਵੱਡੇ ਸ਼ਿਕੰਜੇ ਦੀ ਤਿਆਰੀ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਫਰਮਾਨ ਜਾਰੀ ਮਦਦਗਾਰ ਵੀ ਹੋਣਗੇ ਤਲਬ ਜੇਲਾਂ ਵਿੱਚ অতি ਆਧੁਨਿਕ ਮੋਬਾਈਲ ਸਿਸਟਮ ਵਾਲੀ ਜੈਂਬਰ ਲਗਾਉਣ ਦੀ ਪ੍ਰਕਿਰਿਆ ਹੋ ਚੁੱਕੀ ਹੈ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਮੈਂ ਇਮਤੀਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪੰਜਾਬ ਦੇ ਜੇਲ੍ਹਾਂ ਚ ਬੈਠੇ ਜੁਰਮ ਦੀ ਦੁਨੀਆ ਚਲਾਉਣ ਵਾਲੇ ਗੈਂਗਸਟਰਾਂ ਦੇ ਉੱਪਰ ਮੁਕੰਮਲ ਸ਼ਿਕੰਜਾ ਕਸਣ ਦੇ ਵਾਸਤੇ ਪੰਜਾਬ ਸਰਕਾਰ ਨੇ ਜੰਗੀ ਪੱਧਰ ਦੇ ਉੱਪਰ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਸੂਬਾ ਸਰਕਾਰ ਨੇ ਜੇਲ੍ਹਾਂ ਦੇ ਵਿੱਚ অতি ਆਧੁਨਿਕ ਮੋਬਾਈਲ ਸਿਸਟਮ ਵਾਲੇ ਜੈਮਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਜਿਨ੍ਹਾਂ ਕੈਦੀਆਂ ਦੇ ਕੋਲੋਂ ਮੋਬਾਈਲ ਫੋਨ ਮਿਲ ਰਹੇ ਨੇ ਉਹਨਾਂ ਦੀਆਂ ਸੀਮਾ ਦੇ ਮਾਲਕਾਂ ਦੀ ਸੂਚੀ ਤਿਆਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਲੰਬੇ ਸਮੇਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਦਾ ਜੇਲ੍ਹ ਵਿਭਾਗ ਹ ਪੰਜਾਬ ਪੁਲਿਸ ਦੀ ਸਹਾਇਤਾ ਦੇ ਨਾਲ ਜੇਲ੍ਹਾਂ ਦੇ ਅੰਦਰ ਅਤੇ ਬਾਹਰ ਇੱਕੋ ਸਮੇਂ ਦੇ ਵਿੱਚ ਕਾਰਵਾਈ ਕਰੇਗਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੈਠੇ ਗੈਂਗਸਟਰ ਬੜੀ ਆਸਾਨੀ ਦੇ ਨਾਲ ਅਪਰਾਧ ਦੀ ਦੁਨੀਆਨ ਦੇ ਵਿੱਚ ਆਪਣੇ ਹੱਥ ਅਜ਼ਮਾ ਰਹੇ ਸੀ ਜੇਲਾਂ ਦੇ ਵਿੱਚ ਬੰਦ ਗੈਂਗਸਟਰਾਂ ਦਾ ਸਭ ਤੋਂ ਵੱਡਾ ਹਥਿਆਰ ਉਹਨਾਂ ਦੀ ਸੰਚਾਰ ਪ੍ਰਣਾਲੀ ਹੀ ਸੀ ਇਸ ਵਿੱਚ ਮੋਬਾਈਲ ਫੋਨ ਸਭ ਤੋਂ ਵੱਡਾ ਹਥਿਆਰ ਹੈ ਇਸ ਤੋਂ ਪਹਿਲਾਂ ਹੀ ਜੇਲ੍ਹਾਂ ਦੇ ਵਿੱਚ ਮੋਬਾਈਲ ਜੈਮਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਮੋਬਾਈਲ ਜੈਮਰ ਪੰਜਾਬ ਦੀਆਂ 4 ਜੇਲ੍ਹਾਂ ਖਪੂਰਥਲਾ ਗੁਰਦਾਸਪੁਰ ਸਿਕਿਉਰਿਟੀ ਜੇਲ ਨਾਬਾ ਅਤੇ ਸੰਗਰੂਰ ਦੇ ਵਿੱਚ ਲਗਾਏ ਗਏ ਸਨ ਪਰੰਤੂ ਜਦੋਂ ਇਹ ਮੋਬਾਈਲ ਜੈਮਰ ਲਗਾਏ ਗਏ ਸਨ ਤਾਂ ਮੋਬਾਈਲ ਦੇ ਵਿੱਚ ਇੰਟਰਨੈਟ ਦੀ 3G ਸਿਸਟਮ ਸੀ ਉਸ ਤੋਂ ਬਾਅਦ 4G ਸਿਸਟਮ ਆਇਆ ਤਾਂ ਉਹ ਸਿਸਟਮ ਬੇਕਾਰ ਹੋ ਗਏ ਜਦੋਂ ਕਿ ਉਹਨਾਂ ਦੇ ਉੱਪਰ ਖਰਚਾ ਵੀ ਬਹੁਤ ਜ਼ਿਆਦਾ ਹੈ ਪਹਿਲਾ ਤਜਰਬਾ ਅਸਫਲ ਰਹਿਣ ਦੇ ਉੱਪਰ ਸਰਕਾਰ ਨੇ ਉਹ ਚਾਰ ਜਿਹੜੇ ਜ਼ਿਲ੍ਹੇ ਸੀ ਚਾਰ ਜ਼ਿਲ੍ਹਿਆਂ ਤੋਂ ਬਾਅਦ ਕਿਸੇ ਹੋਰ ਜੇਲ੍ਹ ਦੇ ਵਿੱਚ ਮੋਬਾਈਲ ਜੇਮਰ ਨਹੀਂ ਲਗਾਏ ਪਰ ਹੁਣ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਮੁੜ ਤੋਂ ਮੋਬਾਈਲ ਜੇਮਰ ਲਗਾਉਣ ਦੀ ਤਿਆਰੀ ਕਰ ਲਈ ਹੈ ਇਸ ਮੁਤਾਬਿਕ ਹੁਣ ਸਰਕਾਰ ਮੋਬਾਈਲ ਕੰਪਨੀਆਂ ਤੋਂ ਆਰਸੋਰਸ ਦੇ ਆਧਾਰ ਦੇ ਉੱਪਰ ਮੋਬਾਈਲ ਜੇਮਰ ਲਗਵਾਉਣ ਦੇ ਜਿਹੜਾ ਕੰਮ ਹੈ ਉਹ ਕਰਵਾਉਣ ਜਾ ਰਹੀ ਹੈ ਤੇ ਇਸ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਹੈ ਉਹ ਇਹ ਹੋਵੇਗਾ ਕਿ ਜਿਵੇਂ ਹੀ ਇੰਟਰਨੈਟ ਦੀ 4G ਤਕਨੀਕ ਨੂੰ 5G ਦੇ ਵਿੱਚ ਤਬਦੀਲ ਕੀਤਾ ਜਾਵੇਗਾ ਜਾਂ ਫਿਰ ਬਦਲਾ ਜਾਵੇਗਾ ਜੇ ਆਦਾ ਜੇਲ੍ਹ ਪ੍ਰਸ਼ਾਸਨ ਨੂੰ ਬਿਨਾ ਕੋਈ ਵਾਧੂ ਰਕਮ ਖਰਚ ਕੀਤੇ ਨਵਾਂ ਸਿਸਟਮ ਵੀ ਮਿਲ ਜਾਵੇਗਾ। ਬਦਲੇ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਉਹੀ ਕਿਰਾਇਆ ਅਦਾ ਕਰਨਾ ਪਵੇਗਾ। ਇਸ ਦੇ ਲਈ ਪੰਜਾਬ ਸਰਕਾਰ ਵੱਖ-ਵੱਖ ਨੈਟਵਰਕ ਕੰਪਨੀਆਂ ਦੇ ਨਾਲ ਤਾਲਮੇਲ ਕਰ ਰਹੀ ਹੈ। ਜੇਲ੍ਹ ਵਿਭਾਗ ਨੇ ਉਹਨਾਂ ਲੋਕਾਂ ਦੇ ਰਿਕਾਰਡ ਵੀ ਫਰੋਲਣੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਦੇ ਨੰਬਰਾਂ ਦੇ ਉੱਪਰ SIM ਜੇਲ੍ਹ ਦੇ ਵਿੱਚ ਬੰਦ ਕੈਦੀਆਂ ਨੂੰ ਦਿੱਤੇ ਗਏ ਸੀ। ਸਰਕਾਰ ਅਜੇ ਇਹ ਲੋਕਾਂ ਦੇ ਉੱਪਰ ਵੀ ਸ਼ਿਕੰਜਾ ਕਸਣ ਦੀ ਪੂਰੀ ਤਿਆਰੀ ਦੇ ਵਿੱਚ ਹੈ। ਅਜੇ ਇਹ ਲੋਕਾਂ ਦੀਆਂ ਸੂਚੀਆਂ ਲਗਭਗ ਤਿਆਰ ਨੇ ਅਤੇ SIM ਦੇਣ ਵਾਲੇ ਲੋਕਾਂ ਦੇ ਖਿਲਾਫ ਵੀ ਸਾਜ਼ਿਸ਼ ਦੀਆਂ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਜਾਣਗੇ ਪੰਜਾਬ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਨੌਨ ਲੀਨੀਅਰ ਜੰਕਸ਼ਨ ਡਿਟੈਕਟਰ ਵੀ ਲਗਾਏ ਨੇ ਜੋ ਕਿ ਜੇਲ੍ਹਾਂ ਦੇ ਵਿੱਚ ਮੋਬਾਈਲ ਮੌਜੂਦ ਹੋਣ ਦੇ ਉੱਪਰ ਬੀਪ ਕਰਕੇ ਵੱਜਣ ਲੱਗ ਜਾਂਦੇ ਨੇ ਅਜਿਹੇ ਯੰਤਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੁਹੱਈਆ ਕਰਵਾਏ ਜਾਣੇ ਵੀ ਜ਼ਰੂਰੀ ਕਰਾਰ ਦੇ ਦਿੱਤੇ ਗਏ ਨੇ ਇਸ ਤੋਂ ਇਲਾਵਾ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਵਿਭਾਗ ਨੇ ਦੀ ਇਸ ਸੁਰੱਖਿਆ ਨੀਤੀ ਦੇ ਕਾਰਨ ਜੇਲ੍ਹਾਂ ਦੇ ਵਿੱਚੋਂ 1800 ਤੋਂ ਜ਼ਿਆਦਾ ਮੋਬਾਈਲ ਬਰਾਮਦ ਕੀਤੇ ਗਏ ਨੇ ਇਹਨਾਂ ਵਿੱਚੋਂ ਕੁਝ ਮੋਬਾਈਲ ਫੋਨ ਟੱਚ ਸਕਰੀਨ ਵਾਲੇ ਸੀ ਜਦੋਂ ਕਿ ਹੋਰ ਕੀਪੈਡ ਵਾਲੇ ਮੋਬਾਈਲ ਫੋਨ ਸਨ ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਮੋਬਾਈਲ ਦੇ ਸੰਬੰਧੀ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜੜੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਿਕ ਜਿਨ੍ਹਾਂ ਲੋਕਾਂ ਦੇ ਨਾਮ ਦੇ ਉੱਪਰ ਮੋਬਾਈਲ ਬਰਾਮਦ ਕੀਤੇ ਗਏ ਨੇ ਅਤੇ ਜਿਨ੍ਹਾਂ ਲੋਕਾਂ ਦੇ ਨਾਮ ਦੇ ਉੱਪਰ SIM ਜਾਰੀ ਕੀਤੇ ਗਏ ਨੇ ਉਹਨਾਂ ਨੂੰ ਵੀ ਥਾਣਿਆਂ ਦੇ ਵਿੱਚ ਬੁਲਾ ਕੇ ਕੁਝ ਥਾਜ ਕੀਤੀ ਜਾਵੇਗੀ ਵਰਨਣਯੋਗ ਹੈ ਕਿ ਇਸ ਸਮੇਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 300 ਦੇ ਲਗਭਗ ਛੋਟੇ ਵੱਡੇ ਗੈਂਗਸਟਰ ਸਜ਼ਾਵਾਂ ਭੁਗਤ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਗੈਂਗਸਟਰਾਂ ਨੂੰ ਹਾਈ ਸਿਕਿਉਰਿਟੀ ਜੇਲ੍ਹਾਂ ਦੇ ਵਿੱਚ ਸਪੈਸ਼ਲ ਜ਼ੋਨ ਬਣਾ ਕੇ ਰੱਖਿਆ ਜਾਂਦਾ ਹੈ ਅਤੇ ਜਿੱਥੇ ਕੀ ਗੈਂਗਸਟਰਾਂ ਨੂੰ ਰੱਖਿਆ ਗਿਆ ਹੈ ਅਤੇ ਸਰਕਾਰ ਦੀ ਯੋਜਨਾ ਦੇ ਅਨੁਸਾਰ ਜ਼ਿਆਦਾਤਰ ਜੈਮਰ ਉੱਥੇ ਹੀ ਲਗਾਏ ਜਾਣੇ ਜ਼ਰੂਰੀ ਵੀ ਕਰਾਰ ਦੇ ਦਿੱਤੇ ਗਏ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਭ ਤੋਂ ਵੱਡਾ ਖਤਰਾ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਪੈਂਦੀਆਂ ਜੇਲ੍ਹਾਂ ਨੂੰ ਆ ਜਿੱਥੋਂ ਮੁਲਜ਼ਮਾਂ ਦੇ ਸਾਥੀ ਬਾਹਰੋਂ ਕੰ ਦੇ ਉੱਪਰੋਂ ਹੀ ਅੰਦਰ ਸਮਾਨ ਸੁੱਟ ਦਿੰਦੇ ਨੇ ਇਸ ਦੇ ਲਈ ਜੇਲ੍ਹ ਵਿਭਾਗਮੇ ਦੇ ਵੱਲੋਂ ਵੱਖਰੇ ਤੌਰ ਤੇ ਸੁਰੱਖਿਆ ਦੀ ਤਿਆਰੀ ਕੀਤੀ ਜਾ ਰਹੀ ਹੈ ਕੰਧਾਂ ਦੇ ਰਾਹੀ ਜ਼ਿਲ੍ਹਿਆਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਜਾਣ ਵਾਲਿਆਂ ਜ਼ਿਆਦਾਤਰ ਚੀਜ਼ਾਂ ਦੇ ਵਿੱਚ ਮੋਬਾਈਲ ਫੋਨ ਜ਼ਰਦਾ ਬੀੜੀਆਂ ਜਾਂ ਫਿਰ ਨਸ਼ੇ ਵਾਲੀਆਂ ਦਵਾਈਆਂ ਹੀ ਹੁੰਦੀਆਂ ਨੇ ਅਤੇ ਇਸ ਵਕਤ ਜੇਲ੍ਹ ਪ੍ਰਸ਼ਾਸਨ ਜਿਹੜਾ ਹੈਗਾ ਇਹ ਉਹ ਸਖਤੀ ਵਰਤਦਾ ਹੋਇਆ ਨਜ਼ਰ ਵੀ ਆ ਰਿਹਾ ਹੈ ਬਾਕੀ ਇਸ ਸਾਰੇ ਦੇ ਸਾਰੇ ਮਾਮਲੇ ਦੇ ਬਾਰੇ ਵਿੱਚ ਫਿਲਹਾਲ ਜਿਹੜੀ ਤਫਤੀਸ਼ਾਂ ਨੇ ਜਿਹੜੀਆਂ ਕਾਰਵਾਈਆਂ ਨੇ ਉਹ ਲਗਾਤਾਰ ਜਾਰੀ ਵੀ ਨੇ ਅਤੇ ਇਸ ਦੇ ਉੱਪਰ ਹਰ ਇੱਕ ਪੀੜੀ ਦਰ ਪੀੜੀ ਜਿਹੜੇ ਵੀ ਪਰਤ ਦਰ ਪਰਤ ਜਿਹੜੇ ਵੀ ਹੋਰ ਖੁਲਾਸੇ ਹੋ ਰਹੇ ਨੇ ਉਸ ਦੇ ਬਾਰੇ ਵਿੱਚ ਵੀ ਤੁਹਾਨੂੰ ਅਪਡੇਟਸ ਅਸੀਂ ਦਿੰਦੇ ਰਹਾਂਗੇ ਅਤੇ ਇਸ ਦੇ ਨਾਲ ਹੀ ਇਮਤੀਆਜ਼ ਬਰਾਣੋ ਦੇ ਉਜਾਜ਼ਤ ਸਾਸਰੇ ਕਾ